ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਤੁਹਾਡਾ ਇਨਸਾਈਟ ਅਕੈਡਮੀ ਅਬੋਹਰ ਦੇ ਆਨਲਾਈਨ ਪਲੈਟਫਾਰਮ। ਆਪਾਂ ਕਰ ਰਹੇ ਹਾਂ ਜੀ ਪੰਜਾਬੀ ਦੇ MCQ, ਜਿਹੜਾ ਅੱਜ ਆਪਣਾ ਲੈਕਚਰ ਹੋਏਗਾ 25ਵਾਂ ਲੈਕਚਰ ਹੈ। ਇਹ ਕਲਾਸ ਤੁਹਾਡੇ PSAT 1-2 SSSB ਜਾਂ ਜੋ ਵੀ ਨੌਕਰੀਆਂ ਨੇ ਜਾਂ ਹੋਰ ਜੋ ਵੀ ਪੰਜਾਬ ਗਵਰਨਮੈਂਟ ਦੀ ਪੇਪਰ ਏ ਦੇ ਲਈ ਜਿਹੜਾ ਕੰਪਲਸਰੀ ਪੇਪਰ ਹੈ, ਇਹਦੇ ਵਾਲੀ ਐਕਸਾਈਜ਼ ਪੰਜਾਬ ਪੁਲਿਸ ਲਾਭਦਾਇਕ ਹੋਏਗੀ। ਅਕੈਡਮੀ ਦੀ ਐਪ 'ਤੇ ਚੱਲ ਰਹੇ ਕਿਸੇ ਵੀ ਕੋਰਸ ਬਾਰੇ ਜਾਣਕਾਰੀ ਲੈਣ ਲਈ ਦਿੱਤੇ ਗਏ ਨੰਬਰ 'ਤੇ ਕਾਲ ਕਰੋ, ਇਨਫੋਰਮੇਸ਼ਨ ਲੈ ਸਕਦੇ ਹੋ। PSAT 2024 ਦਾ ਆਨਲਾਈਨ ਜਿਹੜਾ 2024 ਦਾ ਜਿਹੜਾ ਟੈਂਟਿਵ ਡੇਟ ਹੈ ਉਹ ਆ ਚੁੱਕੀਆਂ ਨੇ। ਇਹਨਾਂ ਸਭ ਦੀ ਤਿਆਰੀ ਦੇ ਲਈ ਆਨਲਾਈਨ ਬੈਚ ਦੇ ਪਲੱਸ ਆਫਲਾਈਨ ਬੈਚ ਜਿਹੜਾ ਹੈ ਉਹ ਅਕੈਡਮੀ ਚੱਲ ਰਹੇ ਹਨ। ਆਨਲਾਈਨ ਬੈਚ ਵਿੱਚ ਤੁਹਾਨੂੰ ਲਾਈਵ ਅਤੇ ਰਿਕਾਰਡਡ ਕਲਾਸਿਸ ਅਵੇਲੇਬਲ, ਤੁਹਾਨੂੰ ਇਹਨਾਂ ਦੇ ਨਾਲ ਕੀ ਹੈ PDF ਸਟੱਡੀ ਮਟੀਰੀਅਲ ਟੋਪਿਕ ਵਾਈਜ਼ MCQ ਕਰਵਾਏ ਜਾਣਗੇ। ਇੱਕ ਸਾਲ ਦੀ ਜਿਹੜੀ ਹੋਏਗੀ ਵੈਲਿਡਿਟੀ ਹੋਏਗੀ, ਟੈਸਟ ਲਏ ਜਾਣਗੇ ਅਤੇ ਨਾਲ ਦੀ ਨਾਲ ਹੀ ਪੇਪਰ ਦੇ ਵਿੱਚ ਪਰਫੋਰਮੈਂਸ ਜੋ ਪੇਪਰ ਦੇ ਵਿੱਚ ਤਿਆਰੀ ਹੈ ਸਾਨੂੰ ਪਤਾ ਲੱਗਦੀ ਹੈ ਮੋਕ ਟੈਸਟ ਤੋਂ। ਤਾਂ ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ। ਸਾਡਾ ਫ੍ਰੀ ਵਟਸਐਪ ਗਰੁੱਪ ਜੁਆਇਨ ਕਰਨ ਦੇ ਲਈ ਟਾਈਪ ਕਰੋ ਆਪਣਾ ਨਾਮ, ਆਪਣੇ ਪੇਪਰ ਦਾ ਨਾਮ, ਮੇਲ ਜਾਂ ਫੀਮੇਲ, ਅਤੇ ਸੈਂਡ ਕਰ ਦਿਓ 9915835791 ਦੇ ਉੱਪਰ। ਇੱਥੇ ਤੁਹਾਨੂੰ ਕੀ ਹੈ ਕਿ ਜੋ ਵੀ ਆਪਣੇ ਕਲਾਸਿਸ ਦੇ ਲਿੰਕ ਨੇ ਉਹ ਪ੍ਰੋਵਾਈਡ ਕਰਵਾਏ ਜਾਣਗੇ, ਪਲੱਸ ਜਿਹੜੀਆਂ ਕੋਸਟ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਤਾਂ ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ। ਪ੍ਰਹਲਾਦ ਭਗਤ, ਇੱਥੇ ਤੱਤਾ ਕਰ ਲਓ ਬੱਚੇ, ਟਾਈਪਿੰਗ ਮਿਸਟੇਕ ਕੀ ਹੈ ਹੋ ਜਾਂਦੀਆਂ ਨੇ। ਦੀ ਕਥਾ ਹੈ, ਮਿੱਠ ਕਥਾ, ਕੀਤੀ ਕਥਾ, ਕਹਾਣੀ, ਗੁੱਡ ਮਾਰਨਿੰਗ ਬੱਚੇ, ਗੁੱਡ ਮਾਰਨਿੰਗ, ਕਿੱਸਾ। ਤਾਂ ਹਾਂਜੀ ਪ੍ਰਹਲਾਦ ਭਗਤ ਦੀ ਕਥਾ ਕਿਸ ਦੇ ਅੰਤਰਗਤ ਆਉਂਦੀ ਹੈ? ਕੀ ਨੀਤੀ ਕਥਾ, ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਹਾਣੀ ਤੇ ਕਿੱਸਾ ਨਹੀਂ ਆਉਂਦੀ, ਇਹ ਕਿਵੇਂ ਆਧੁਨਿਕ ਸਾਹਿਤ ਰੂਪ ਹਨ। ਤਾਂ ਪ੍ਰਹਲਾਦ ਭਗਤ ਦੀ ਜਿਹੜੀ ਕਥਾ ਹੈ ਬੱਚੇ ਉਹ ਕੀ ਹੈ, ਮਿੱਥ ਕਥਾ ਦੇ ਵਿੱਚ ਆਉਂਦੀ ਹੈ। ਮਿੱਥ ਕਥਾ ਕੀ ਹੁੰਦੀ ਹੈ, ਜਿਹੜਾ ਜਿਹੜੀ ਮਿੱਥੀ ਗਈ ਗੱਲ ਹੁੰਦੀ ਹੈ ਜਿਸ ਦੇ ਬਾਰੇ ਸਬੂਤ ਨਹੀਂ ਹੁੰਦਾ, ਸਬੂਤ ਨਹੀਂ ਹੁੰਦਾ। ਇਹਨਾਂ ਦੇ ਸ਼ਬਦਾਂ ਦੇ ਵਿੱਚ ਹੀ ਇਹਨਾਂ ਦੀ ਅਕਸਰ ਪਰਿਭਾਸ਼ਾ ਹੁੰਦੀ ਹੈ। ਮਿੱਥੀ ਗਈ ਗੱਲ ਜਿਹਦਾ ਕੋਈ ਸਬੂਤ ਨਾ ਹੋਵੇ, ਉਹ ਇਤਿਹਾਸ ਹੋ ਵੀ ਸਕਦੀ ਹੈ, ਇਤਿਹਾਸ ਪਲੱਸ ਮਿਥਾਸ ਜਿਹੜਾ ਹੁੰਦਾ ਉਹਦਾ ਜਿਹੜਾ ਇਹ ਕੋਡ ਹੁੰਦਾ ਹੈ। ਅਤੇ ਹੋ ਸਕਦਾ ਉਹ ਕਥਾ ਵਾਪਰੀ ਹੋਵੇ ਅਤੇ ਉਹ ਅੱਗੋਂ ਬਦਲ ਬਦਲ ਸਾਡੇ ਤੱਕ ਪਹੁੰਚਦੀ ਹੋਵੇ। ਅਤੇ ਪ੍ਰਹਲਾਦ ਭਗਤ ਕਥਾ ਦਾ ਸੰਬੰਧ ਕੀ ਹੈ, ਕਿਸ ਨਾਲ ਜੋੜਿਆ ਜਾਂਦਾ ਹੈ, ਹੋਲੀ ਦੇ ਨਾਲ, ਕਿਉਂਕਿ ਜਿਹੜੀ ਇਸਦੀ ਭੂਆ ਹੋਲਕਾ, ਹੋਲਿਕਾ ਜਾਂ ਹੋਲਕਾ, ਇਹ ਹਰਨਾਕਸ਼ ਦੀ ਭੈਣ ਸੀ, ਇਹ ਹਰਨਾਕਸ਼ ਦੀ ਭੈਣ ਸੀ। ਹਰਨਾਕਸ਼ ਨੇ ਕੀ ਸੀ, ਵਰ ਲਿਆ ਹੋਇਆ ਸੀ ਕਿ ਇਹ ਮਾਨ, ਸਤਿ ਸ਼੍ਰੀ ਅਕਾਲ ਬੱਚੇ,
ਮਰ ਨਹੀਂ ਸਕਦਾ ਤੇ ਹਰਨਾਕਸ਼ ਨੂੰ ਜਿਹੜਾ ਪ੍ਰਹਲਾਦ ਭਗਤ ਸੀ ਇਸ ਨੂੰ ਕਿਹਾ ਕਿ ਤੁਸੀਂ ਪਰਮਾਤਮਾ ਨਹੀਂ ਹੋ, ਪਰਮਾਤਮਾ ਤਾਂ ਨਿਰੰਕਾਰ ਤਾਂ ਹੋਰ ਹੈ, ਉਹ ਜਿਹੜੀ ਸੁਪਰ ਪਾਵਰ ਹੈ ਉਹ ਤੁਸੀਂ ਨਹੀਂ ਹੋ। ਤਾਂ ਹਰਨਾਕਸ਼ ਨੂੰ ਆਪਣੇ ਪੁੱਤਰ ਤੇ ਬਹੁਤ ਗੁੱਸਾ ਆਇਆ ਤੇ ਉਸਨੇ ਹੋਲਿਕਾ ਨੂੰ ਕਿਹਾ ਕਿ ਉਸਦੀ ਝੋਲੀ ਵਿੱਚ ਬਿਠਾ ਕੇ ਅੱਗ ਲਾਉਣ ਦੇ ਨਾਲ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕਿ ਹੋਲਿਕਾ ਵਰਦਾਨ ਪ੍ਰਾਪਤ ਹੋਣ ਦੇ ਬਾਵਜੂਦ ਵੀ ਅੱਗ ਵਿੱਚ ਸੜ ਕੇ ਮਰ ਗਈ। ਤੇ ਇਸਦੀ ਜਿਹੜੀ ਕਥਾ, ਜਿਹੜਾ ਮਿਥ ਹੈ, ਇਹ ਹੋਲੀ ਦੇ ਨਾਲ ਜੋੜਿਆ ਜਾਂਦਾ ਹੈ। ਹੋਲੀ ਕਦੋਂ ਹੁੰਦੀ ਹੈ ਬੱਚੇ? ਚੇਤ ਮਹੀਨੇ ਦੇ ਵਿੱਚ ਹੋਲੀ ਹੁੰਦੀ। ਸਤਿ ਸ਼੍ਰੀ ਅਕਾਲ ਸਿੰਘ ਸਾਹਿਬ। ਪ੍ਰਸ਼ਨ ਨੰਬਰ 2। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਮਨੋਰਥ ਪੂਰੇ 17 ਕਿਸ ਗੁਰੂ ਕਵੀ ਦੀਆਂ ਹਨ? ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ। ਆਨੰਦ ਸੁਣੋ ਵਡਭਾਗੀਓ, ਤਾਂ ਇਹ ਸਾਡੀਆਂ ਹਨ ਜੀ, ਇਹਨਾਂ ਨੇ ਬੀ ਉੱਤਰ ਦਿੱਤਾ ਹੈ, ਬਿਲਕੁਲ ਸਹੀ ਹੈ, ਗੁਰੂ ਅਮਰਦਾਸ ਜੀ ਦੀਆਂ। ਗੁਰੂ ਅਮਰਦਾਸ ਜੀ ਸਾਡੇ ਕੀ ਸਨ? ਤੀਜੇ ਗੁਰੂ ਸਨ। ਤੇ ਇਹਨਾਂ ਦੀ ਆਨੰਦ ਸਾਹਿਬ ਜਿਹੜੀ ਬਾਣੀ ਹੈ, ਆਨੰਦ ਸਾਹਿਬ ਬਾਣੀ ਹੈ, ਉਸ ਦੀਆਂ ਇਹ ਕੀ ਨੇ? ਇਹ 17 ਹਨ। ਇਹ ਸਾਡੇ ਸੀ ਜੀ ਪਹਿਲੇ ਗੁਰੂ, ਇਹ ਸਾਡੇ ਦੂਸਰੇ, ਸਾਡੇ ਤੀਸਰੇ, ਤੇ ਗੁਰੂ ਰਾਮਦਾਸ ਜੀ ਸਾਡੇ ਚੌਥੇ ਗੁਰੂ ਸਨ। ਪ੍ਰਸ਼ਨ ਨੰਬਰ 3। ਹੇਠ ਲਿਖਿਆਂ ਵਿੱਚੋਂ ਕਿਹੜੀ ਦਲੀਪ ਕੌਰ ਟਵਾਣਾ ਦੀ ਕਹਾਣੀ ਹੈ? ਕੁੜੀ ਦੀ ਪੰਡ, ਬੱਸ ਕੰਡਕਟਰ ਖੱਬਲ, ਕੁਲਫੀ। ਹਾਂਜੀ, ਬਾਕੀ ਵੀ ਦਿਓ ਉੱਤਰ, ਸੈਸ਼ਨ ਨੂੰ ਸ਼ੇਅਰ ਕਰ ਦਿਆ ਕਰੋ ਬੱਚੇ, ਲਾਈਕ ਤਾਂ ਕਰਿਓ ਜੇ ਤੁਹਾਨੂੰ ਸਮਝ ਆਏ ਤਾਂ। ਸਤਿ ਸ਼੍ਰੀ ਅਕਾਲ ਸਰ ਜੀ, ਤੁਸੀਂ ਕਿਹਾ, ਮੈਂ ਜ਼ਬਰਦਸਤੀ ਲਾਈਕ ਨਹੀਂ ਕਰਵਾਉਂਦੀ, ਜੇ ਵਧੀਆ ਲੱਗਦਾ ਹੈ, ਸਮਝ ਆਉਂਦਾ ਹੈ, ਫਿਰ ਲਾਈਕ ਕਰ ਦਿਆ ਕਰੋ। ਕਿਹਾ ਜੀ, ਜਿਹੜੇ ਬੱਸ ਕੰਡਕਟਰ ਬੀ ਉੱਤਰ ਦੇ ਰਹੇ ਨੇ, ਬਿਲਕੁਲ ਸਹੀ ਹੈ। ਕੁੜੀ ਦੀ ਪੰਡ ਕਿਹਨਾਂ ਦੀ ਹੈ ਜੀ? ਕੁਲਵੰਤ ਸਿੰਘ ਫਿਰਕ, ਠੀਕ ਹੈ। ਖੱਬਲ ਵੀ ਕਿਹਨਾਂ ਦੀ ਹੈ ਜੀ? ਕੁਲਵੰਤ ਸਿੰਘ ਫਿਰਕ ਹੋਣਾ ਦੀ। ਤੇ ਕੁਲਫੀ ਕਿਹਨਾਂ ਦੀ ਹੈ ਜੀ? ਸੁਜਾਨ ਦੀ ਕਹਾਣੀ ਹੈ। ਕਿਹਨਾਂ ਜੀ? ਸਤਿ ਸ਼੍ਰੀ ਅਕਾਲ। ਪ੍ਰਸ਼ਨ ਨੰਬਰ 4। ਚੱਜਾ, ਛੱਛਾ, ਚੱਜਾ ਕਿਸ ਵਰਗ ਵਿੱਚ ਆਉਂਦੇ ਹਨ? ਜ ਵਰਗ ਵਿੱਚ, ਚ ਵਰਗ ਵਿੱਚ, ਪ ਵਰਗ ਵਿੱਚ ਤੇ ਮੁੱਖ ਵਰਗ ਵਿੱਚ। ਪ੍ਰਸ਼ਨ ਨੰਬਰ 4। ਹਾਂਜੀ, ਇਹ ਸਾਡੇ ਜਿਹੜੇ ਵਰਨ ਨੇ ਇਹ ਕਿਹੜੇ ਵਰਗ ਦੇ ਵਿੱਚ ਆਉਂਦੇ ਆ? ਸਾਡੇ ਕੋਲ ਕਿੰਨੇ ਵਰਗ ਹੈ ਜੀ? 8 ਵਰਗ ਹੈ ਸਾਡੀ ਵਰਨਮਾਲਾ ਦੇ। ਤਾਂ ਉੱਤਰ ਆ ਰਿਹਾ ਹੈ ਜੀ ਏ ਤੇ ਬੀ। ਤਾਂ ਹਾਂਜੀ, ਜਿਹੜੇ ਵੀ ਬੀ ਉੱਤਰ ਦੇ ਰਹੇ ਨੇ ਉਹ ਬਿਲਕੁਲ ਸਹੀ ਹੈ। ਜਿਹੜਾ ਬੱਚੇ ਜ ਵਰਗ ਹੁੰਦਾ ਹੈ, ਜ ਵਰਗ ਕੁਝ ਹੈ ਹੀ ਨਹੀਂ, ਇਹਦੇ ਨਾਲ ਕੋਈ ਵੀ ਸਾਡਾ ਵਰਗ ਨਹੀਂ ਹੈ, ਠੀਕ ਹੈ। ਇਹ ਤਾਂ ਮੈਂ ਸਿਰਫ ਐਗਜ਼ਾਮੀਨਰ ਵੀ ਕੀ ਕਰਦਾ ਹੈ ਕਿ ਇਹੋ ਜਿਹੀਆਂ ਜਿਹੜੀਆਂ ਗਲਤੀਆਂ ਬੱਚੇ ਕਰਦੇ ਆ ਉਹ ਜਾਣ ਬੁੱਝ ਕੇ ਪਾਉਂਦੇ ਆ, ਠੀਕ ਹੈ। ਤਾਂ ਇਹ ਕੀ ਹੈ ਜੀ? ਸਾਡਾ ਚ ਵਰਗ, ਇਹ ਸ਼ੁਰੂ ਹੁੰਦਾ ਹੈ ਚੱਚਾ, ਚਾ, ਚੱਜਾ, ਤੇ, ਜਾਤੀ, ਠੀਕ ਹੈ। ਓਕੇ ਜੀ, ਓਕੇ। ਪ੍ਰਸ਼ਨ ਨੰਬਰ 5। ਚੜ ਚੁਬਾਰੇ ਸੁੱਤਿਆ ਲੋਕ ਗੀਤ ਦਾ ਰੂਪ ਹੈ? ਘੋੜੀ, ਮਾਈਆ, ਟੱਪਾ, ਸੁਹਾਗ। ਹਾਂਜੀ ਵੀਨਾ ਜੀ,
ਆਪਾਂ ਨੂੰ ਨਾ ਪ੍ਰਸ਼ਨ ਬਹੁਤ ਸੌਖੇ ਹੁੰਦੇ ਆ, ਜਿਵੇਂ ਪਿਛਲੇ ਪ੍ਰਸ਼ਨ ਤੇ ਆਪਾਂ ਜਾਂਦੇ ਆ ਬਹੁਤ ਸੌਖਾ ਹੈ, ਲਗਭਗ ਹਰ ਇੱਕ ਬੱਚੇ ਨੇ ਬਹੁਤ ਵਾਰ ਕੀਤਾ ਵੀ ਹੋਇਆ ਹੋਏਗਾ, ਪਰ ਜਦੋਂ ਆਪਾਂ ਉੱਥੇ ਪੇਪਰ ਦੇ ਵਿੱਚ ਕਿਵੇਂ ਕਰਕੇ ਆਉਂਦੇ ਹਾਂ, ਉੱਤਰ ਦੇਣ ਵੇਲੇ ਆਪਾਂ ਕੀ ਕਰਦੇ ਹਾਂ, ਉਹ ਚੀਜ਼ ਆਪਣੀ ਜਿਹੜੀ ਸਮਝ ਹੈ ਉਸਨੂੰ ਦਰਸਾਉਂਦੀ ਹੈ। ਤਾਂ ਪ੍ਰਸ਼ਨ ਨੰਬਰ 5 ਦਾ ਉੱਤਰ ਦਿਓ ਜੀ, ਚੜ੍ਹ ਚੁਬਾਰੇ ਸੁੱਤੇ ਆ ਕਿਹੜਾ ਗੀਤ ਲੋਕ ਗੀਤ ਦਾ ਰੂਪ ਹੈ। ਹਾਂਜੀ ਪ੍ਰਸ਼ਨ ਨੰਬਰ 5 ਸੀ, ਨਹੀਂ ਜੀ ਇਹ ਕੀ ਹੈ, ਸੁਹਾਗ ਹੈ। ਇਹ ਪੂਰਾ ਸੁਹਾਗ ਕੀ ਹੈ, ਚੜ੍ਹ ਚੁਬਾਰੇ ਸੁੱਤਿਆ, ਅੱਗੋਂ ਆਉਂਦਾ ਹੈ ਬਾਬਲ, ਆਈ ਬਨੇਰੇ ਸ਼ਾਮ। ਆਈ ਬਨੇਰੇ ਸ਼ਾਮ, ਤੂੰ ਸੁੱਤਾ ਲੋਕੀ ਜਾਗਦੇ, ਤਾਂ ਲੋਕੀ ਜਾਗਦੇ। ਘਰ ਬੇਟੜੀ ਹੋਈ ਮੁਟਿਆਰ, ਕਹਿ ਤਾਂ ਇਹ ਸਾਡਾ ਕੀ ਹੈ, ਚੜ੍ਹ ਚੁਬਾਰੇ ਸੁੱਤਿਆ ਸਾਡਾ ਸੁਹਾਗ ਹੈ। ਸੁਹਾਗ ਕੀ ਹੁੰਦੇ ਆ, ਕੁੜੀ ਦੇ ਵਿਆਹ ਦੇ ਸਮੇਂ। ਹਾਂਜੀ ਇਹ ਬੇਟਾ ਪੇਪਰ ਦੇ ਵਿੱਚ ਆਇਆ ਹੋਇਆ ਪ੍ਰਸ਼ਨ ਹੈ, ਇਸੇ ਤਰ੍ਹਾਂ ਹੀ ਆਇਆ ਹੋਇਆ। ਚੜ੍ਹ ਚੁਬਾਰੇ ਸੁੱਤਿਆ ਤਾਂ ਕੀ ਉਹਨਾਂ ਨੇ ਦਿੱਤਾ, ਬਾਬਲ ਦੇ ਨਾਲ ਤਾਂ ਆਪਾਂ ਨੂੰ ਹਿੰਟ ਮਿਲ ਜਾਂਦਾ ਨਾ, ਆਈ ਬਨੇਰੇ ਸ਼ਾਂ, ਜੇ ਪੂਰੇ ਦੇ ਪੂਰਾ ਹੀ ਆ ਜਾਏ ਤਾਂ ਫਿਰ ਤਾਂ ਆਪਾਂ ਨੂੰ ਬਿਲਕੁਲ ਸਮਝ ਆ ਹੀ ਜਾਂਦਾ, ਤਾਂ ਇਹ ਇਸੇ ਤਰ੍ਹਾਂ ਹੀ ਪੇਪਰ ਵਿੱਚ ਆਇਆ ਹੋਇਆ ਪ੍ਰਸ਼ਨ ਹੈ। ਪ੍ਰਸ਼ਨ ਨੰਬਰ 6, ਲਫ਼ਜ਼ ਬਹੁ ਵਚਨ ਹੈ, ਲਫ਼ਜ਼ ਇੱਥੇ ਲਿਖ ਲਓ ਲਫ਼ਜ਼ ਦਾ, ਪ੍ਰਸ਼ਨ ਅਧੂਰਾ ਹੈ, ਲਫ਼ਜ਼ ਦਾ ਬਹੁ ਵਚਨ ਹੈ, ਲਫ਼ਜ਼ ਲਫ਼ਜ਼ਾਂ ਅਲਫਾਜ਼ ਉਪਰੋਕਤ ਕੋਈ ਨਹੀਂ। ਇਹ ਅਲਫਾਜ਼, ਜਿਹੜੇ ਵੀ ਬੱਚੇ ਅਲਫਾਜ਼ ਉੱਤਰ ਦੇ ਰਹੇ ਨੇ ਬਿਲਕੁਲ ਸਹੀ ਹੈ, ਲਫ਼ਜ਼ ਇੱਕ ਵਚਨ ਹੈ ਤੇ ਜਿਹੜਾ ਅਲਫਾਜ਼ ਹੈ ਉਹ ਕੀ ਹੈ, ਬਹੁ ਵਚਨ ਹੈ। ਇਹ ਫਾਰਸੀ ਭਾਸ਼ਾ ਦੇ ਸ਼ਬਦ ਹਨ, ਤੇ ਨਾਲ ਦੀ ਨਾਲ ਇਹ ਵੀ ਤੁਸੀਂ ਧਿਆਨ ਰੱਖੋ। ਪ੍ਰਸ਼ਨ ਨੰਬਰ 7, ਘੋੜੀਆਂ ਅਤੇ ਸੁਹਾਗ ਬਣਤਰ ਪੱਖੋਂ ਡੈਸ਼ ਹੁੰਦੇ ਹਨ, ਗੁੰਝਲਦਾਰ, ਗੁੰਦਵੇਂ, ਸਰਲ, ਚੌਖੇ। ਸਰਬਜੀਤ ਜੀ ਤੁਸੀਂ ਕੀ ਕਹਿ ਰਹੇ ਹੋ, ਅਲਫਾਜ਼ ਦਾ ਸਨਮਾਨ ਹੋ ਗਿਆ, ਮੈਨੂੰ ਸਮਝ ਨਹੀਂ ਆਈ ਬੱਚੇ ਤੁਹਾਡੀ ਗੱਲ। ਤਾਂ ਘੋੜੀਆਂ ਤੇ ਸੁਹਾਗ ਬਣਤਰ ਪੱਖੋਂ ਕਿਹੋ ਜਿਹੇ ਹੁੰਦੇ ਹਨ, ਤਾਂ ਇਹ ਹੁੰਦੇ ਆ ਜੀ ਸਾਡੇ ਸਰਲ, ਠੀਕ ਹੈ, ਸੌਖੇ ਨਹੀਂ ਹੁੰਦੇ। ਇਹ ਕਿਹੜਾ ਸਾਡੇ ਫਾਰਮੂਲੇ ਆ ਜਿਹੜੇ ਅਸੀਂ ਕਹੀਏ ਸੌਖੇ ਜਾਂ ਔਖੇ ਹੈ। ਇਹ ਗੁੰਦਵੇਂ ਤੇ ਗੁੰਝਲਦਾਰ ਤਾਂ ਬਿਲਕੁਲ ਹੀ ਨਹੀਂ ਹੁੰਦੇ, ਇਹਨਾਂ ਦੀ ਬਣਤਰ ਕੀ ਹੁੰਦੀ ਹੈ, ਸਰਲ ਹੁੰਦੀ ਹੈ। ਜਿਵੇਂ ਆਪਾਂ ਪਿੱਛੇ ਪਿਛਲੇ ਪ੍ਰਸ਼ਨ ਦੇ ਵਿੱਚ ਕਰਕੇ ਗਏ ਆ ਨਾ, ਚੜ ਚੁਬਾਰੇ ਸੁੱਤੇ ਆ, ਬਾਬਲ ਆਈ ਬਨੇਰੇ ਛਾਂ, ਤੋਂ ਸੁੱਤਾ ਲੋਕੀ ਜਾਗਦੇ, ਘਰ ਬੇਟੜੀ ਹੋਈ ਮੁਟਿਆਰ, ਤਾਂ ਮਤਲਬ ਬੜੇ ਸਰਲ ਜੀ ਭਾਸ਼ਾ ਦੇ ਵਿੱਚ ਇਹਨਾਂ ਦਾ ਕੀ ਹੈ, ਇਹਨਾਂ ਦੀ ਬਣਤਰ ਹੁੰਦੀ ਹੈ, ਮਤਲਬ ਜਿਹੜੇ ਪੜ੍ਹਨ ਵਾਲੇ ਨੂੰ ਆਸਾਨੀ ਦੇ ਨਾਲ ਸਮਝ ਆ ਜਾਂਦੇ ਹਨ। ਵਿਸ਼ਿਸ਼ਟ ਸਾਹਿਤ ਹੁੰਦਾ ਹੈ ਜਿਸ ਦੇ ਰਚਨਹਾਰੇ ਦਾ ਪਤਾ ਹੋਵੇ, ਜਿਸ ਦੇ ਰਚਨਹਾਰੇ ਦਾ ਪਤਾ ਨਾ ਹੋਵੇ, ਜਿਹੜਾ
ਖਾਸ ਹੋਵੇ ਜਿਹੜਾ ਆਮ ਹੋਵੇ। ਹਾਂਜੀ, ਪ੍ਰਸ਼ਨ ਨੰਬਰ 8 ਦਾ ਉੱਤਰ ਦਿਓ, ਜਿਹੜਾ ਖਾਸ ਹੋਵੇ, ਜਿਹੜਾ ਆਮ ਹੋਵੇ। ਹਾਂਜੀ, ਵਿਸ਼ਿਸ਼ਟ ਸਾਹਿਤ। ਕੀ ਹੁੰਦਾ ਹੈ ਜੀ? ਜਿਸ ਦੇ ਰਚਨਹਾਰੇ ਦਾ ਪਤਾ ਹੋਵੇ। ਖਾਸ ਨਹੀਂ, ਇਹ ਵਾਲਾ ਗਲਤ ਹੈ, ਵੀ ਗਲਤ ਹੈ। ਤੇ ਇਹਨਾਂ ਬਾਰੇ ਦੱਸਦੀ ਹਾਂ, ਇਹ ਤਾਂ ਸਿਰਫ ਆਪਸ਼ਨਾਂ ਵੈਸੇ ਹੀ ਪਾਈਆਂ ਹੋਈਆਂ। ਜਿਸ ਦੇ ਰਚਨਹਾਰੇ ਦਾ ਪਤਾ ਹੋਵੇ, ਉਹ ਕੀ ਹੁੰਦਾ? ਵਿਸ਼ਿਸ਼ਟ ਸਾਹਿਤ, ਮਤਲਬ ਜਿਹਦਾ ਲੇਖਕ ਜਾਂ ਕੋਈ ਕਹਾਣੀਕਾਰ ਜਾਂ ਕੋਈ ਰਾਈਟਰ ਜਿਹਦਾ ਸਾਨੂੰ ਨਾਮ ਪਤਾ ਹੋਵੇ। ਤੇ ਜਿਸ ਦੇ ਰਚਨਹਾਰੇ ਦਾ ਨਾਮ ਪਤਾ ਹੋਵੇ, ਉਹ ਸਾਹਿਤ ਕਿਹੜਾ ਹੁੰਦਾ? ਲੋਕ ਸਾਹਿਤ। ਕਿਆ ਇਹ ਵੀ ਤੁਸੀਂ ਯਾਦ ਰੱਖੋਗੇ, ਜਿਹੜਾ ਲੋਕ ਸਾਹਿਤ ਹੈ। ਹੁਣ ਜਿਹੜੇ ਟੱਪੇ ਨੇ, ਟੱਪੇ ਕਿਸਨੇ ਲਿਖੇ ਨੇ ਸਾਨੂੰ ਨਹੀਂ ਪਤਾ। ਮਾਈਏ, ਮਾਈਆ ਜਿਹੜਾ ਹੈ ਉਹ ਕਿਸਨੇ ਪਹਿਲੀ ਵਾਰ ਲਿਖਿਆ ਹੋਏਗਾ, ਸਾਨੂੰ ਨਹੀਂ ਪਤਾ। ਤਾਂ ਇਸ ਮਤਲਬ ਜਿਸਦਾ ਰਚਨਹਾਰੇ ਦਾ ਪਤਾ ਨਾ ਹੋਵੇ। ਘੋੜੀਆਂ, ਠੀਕ ਹੈ, ਘੋੜੀਆਂ ਹੋ ਗਿਆ, ਸੁਹਾਗ, ਇਹ ਕਿਸਨੇ ਲਿਖੇ ਹਨ? ਇਹਨਾਂ ਦੇ ਸਾਨੂੰ ਨਹੀਂ ਪਤਾ। ਲੋਕ ਗੀਤ ਜਿਹੜੇ ਹੁੰਦੇ ਹਨ, ਠੀਕ ਹੈ, ਜਿਹੜਾ ਪਿੱਛੇ ਜੇ ਬਹੁਤ ਮਸ਼ਹੂਰ ਹੋਇਆ ਸੀ, ਅਰਜਨ ਵੈਲੀ ਵਾਲਾ, ਸਭ ਨੇ ਬਹੁਤ ਸੁਣਿਆ ਹੋਏਗਾ ਤੇ ਗਾਇਆ ਵੀ ਹੋਏਗਾ। ਤਾਂ ਮਤਲਬ ਜਿਹੜੇ ਇਹ ਵਾਲੇ ਨੇ, ਇਹਨਾਂ ਦਾ ਪਤਾ ਨਹੀਂ ਹੁੰਦਾ। ਜਿਸਦਾ ਪਤਾ ਹੋਵੇ, ਉਹ ਹੁੰਦਾ ਜੀ ਸਾਡਾ ਵਿਸ਼ਿਸ਼ਟ ਸਾਹਿਤ। ਪ੍ਰਸ਼ਨ ਨੰਬਰ 9, ਮਿਹਨਤ ਸਫਲ ਹੋਈ ਵਾਕ ਦਾ ਨਾਂਵਾਚਕ ਚੁਣੋ। ਮਿਹਨਤ ਸਫਲ ਹੋਈ, ਮਿਹਨਤ ਅਸਫਲ ਹੋਈ, ਮਿਹਨਤ ਅਸਫਲ ਨਹੀਂ ਹੋਈ, ਉਪਰੋਕਤ ਸਾਰੇ ਗਲਤ। ਸਿੰਘ ਸਾਹਿਬ ਬੱਚੇ ਕਿਹੜੇ ਦਾ ਕਹਿ ਰਹੇ ਹੋ ਕਿ ਸਮਾਨ ਅਰਥ ਰੱਖਦੇ ਹਨ? ਅੱਛਾ, ਤੁਸੀਂ ਏ ਤੇ ਸੀ ਦਾ ਕਹਿ ਰਹੇ ਹੋ। ਨਹੀਂ ਬੱਚੇ, ਰਚਨਹਾਰੇ ਤੇ ਖਾਸ ਦੇ ਸਮਾਨ ਅਰਥ ਨਹੀਂ ਹੈ ਨਾ। ਨਹੀਂ, ਹੁਣ ਮੈਂ ਸਮਝ ਗਈ ਬੱਚੇ। ਨਹੀਂ, ਵਿਸ਼ਿਸ਼ਟ ਤਾਂ ਉਹੀ ਹੁੰਦਾ ਜਿਸਦਾ ਰਚਨਹਾਰਾ ਹੋਵੇ। ਖਾਸ ਤੇ ਆਮ ਵਿੱਚ ਕੋਈ ਇਹਦੀ ਗੱਲ ਨਹੀਂ ਹੁੰਦੀ। ਖਾਸ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਕੋਈ ਖਾਸ ਰਚਨਾ ਹੋਵੇ ਕਿਸੇ ਲੇਖਕ ਦੀ। ਖਾਸ ਰਚਨਾ ਨੂੰ ਖਾਸ ਕਿਹਾ ਜਾਂਦਾ ਹੈ, ਜਾਂ ਸ਼ਾਹਕਾਰ ਰਚਨਾ ਕਿਹਾ ਜਾਂਦਾ ਜਿਹੜੀ ਖਾਸ ਹੁੰਦੀ ਹੈ। ਤਾਂ ਪ੍ਰਸ਼ਨ ਨੰਬਰ 9 ਦਾ ਉੱਤਰ, ਮਿਹਨਤ ਸਫਲ ਹੋਈ ਪੀ ਏ, ਇਹਦਾ ਉੱਤਰ ਹੈ ਜੀ ਸਹੀ ਸੀ। ਦੇਖੋ, ਜਦੋਂ ਆਪਾਂ ਵਾਕ ਵਟਾਂਦਰਾ ਕਰਦੇ ਹਾਂ ਨਾ, ਜਦੋਂ ਵੀ ਵਾਕ ਵਟਾਂਦਰਾ ਕਰਦੇ ਹਾਂ, ਇਹਨੂੰ ਨੋਟ ਡਾਊਨ ਕਰ ਲਓ, ਜਿਹੜਾ ਆਪਣਾ ਓਰਿਜਿਨਲ ਸਹੀ ਵਾਕ ਹੁੰਦਾ ਹੈ, ਜੋ ਵਾਕ ਦਿੱਤਾ ਗਿਆ ਹੁੰਦਾ ਹੈ, ਜੋ ਵਾਕ ਦਿੱਤਾ ਗਿਆ ਹੈ, ਉਸਦੇ ਅਰਥਾਂ ਵਿੱਚ ਉਸਦੇ ਅਰਥ ਨਹੀਂ ਬਦਲਣੇ ਚਾਹੀਦੇ। ਜਿਹੜੇ ਮਤਲਬ ਜੋ ਮੂਲ ਵਾਕ ਸਾਨੂੰ ਦਿੱਤਾ ਗਿਆ ਹੈ, ਉਹ ਤੇ ਇਹ ਹੈ ਕਿ ਮਿਹਨਤ ਸਫਲ ਹੋਈ। ਮਿਹਨਤ ਸਫਲ ਹੋਈ ਮਤਲਬ ਉਹ ਪਾਸ ਹੋ ਗਿਆ, ਸਮਝ ਲਓ, ਠੀਕ ਹੈ। ਮਿਹਨਤ ਅਸਫਲ ਨਹੀਂ ਹੋਈ ਮਤਲਬ ਉਹਨੂੰ ਮਿਹਨਤ ਦਾ ਫਲ ਮਿਲ ਗਿਆ ਤੇ ਉਹ ਕੀ ਹੋ ਗਿਆ? ਪਾਸ ਹੋ ਗਿਆ। ਅਸੀਂ ਨਾਂਵਾਚਕ ਵੀ ਬਣਾਉਣਾ ਹੈ, ਜਿਹੜੇ ਸਾਡੇ ਮੂਲ ਵਾਕ ਹੈ ਉਸਦਾ ਅਸੀਂ ਅਰਥ ਵੀ ਨਹੀਂ ਬਦਲਣਾ, ਠੀਕ ਹੈ। ਹੁਣ ਸੈਕਿੰਡ ਦੇ ਵਿੱਚ ਤਾਂ ਕੀ ਹੈ? ਮਿਹਨਤ ਅਸਫਲ ਹੋਈ, ਉਸਦਾ ਇਹ ਤਾਂ ਵਿਰੋਧੀ ਸ਼ਬਦ ਹੋ ਗਏ ਨਾ, ਇਹ ਦੋਨੋਂ ਵਾਕ ਆਪਸ ਚ ਕੀ ਹੋ ਗਏ? ਵਿਰੋਧੀ। ਅਸੀਂ
ਅਰਥ ਬਿਨਾਂ ਅਰਥ ਬਦਲੇ ਉਸਦਾ ਜਿਹੜਾ ਹੈ ਉਸਦਾ ਵਟਾਂਦਰਾ ਕਰਨਾ ਹੁੰਦਾ ਹੈ। ਇਹ ਵਾਕ ਵਟਾਂਦਰੇ ਦੇ ਨਿਯਮ ਹੁੰਦੇ ਹਨ। ਪ੍ਰਸ਼ਨ ਨੰਬਰ 10, ਕੈਸ਼ ਬੁੱਕ, ਇੱਥੇ ਕੱਕਾ ਕਰੋ ਬੱਚੇ, ਕੈਸ਼ ਬੁੱਕ ਲਈ ਪੰਜਾਬੀ ਦੀ ਦਫਤਰੀ ਭਾਸ਼ਾ ਦਾ ਸ਼ਬਦ ਹੈ ਵਹੀ ਖਾਤਾ, ਰੋਕੜ ਵਹੀ ਖਾਤਾ, ਨਗਦੀ ਵਹੀ ਖਾਤਾ। ਦੀਨਾ ਜੀ ਕਿਸ ਨੂੰ ਚੁੱਪ ਕਰਾ ਰਹੇ ਹੋ? ਪ੍ਰਸ਼ਨ ਨੰਬਰ 10, ਕੈਸ਼ ਬੁੱਕ ਲਈ ਦਫਤਰੀ ਭਾਸ਼ਾ ਹੈ ਕੈਸ਼ ਬੁੱਕ ਲਈ ਕਿਹੜੀ ਹੈ ਜੀ? ਰੋਕੜ ਵਹੀ। ਕੈਸ਼ ਬੁੱਕ ਕਾਹਦੇ ਵਿੱਚ ਵਰਤਿਆ ਜਾਂਦਾ ਹੈ ਬੇਟੇ? ਬੈਂਕ ਦੇ ਵਿੱਚ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਕੈਸ਼ ਬੁੱਕ, ਤੇ ਪੁਰਾਣੇ ਸਮੇਂ ਦੇ ਵਿੱਚ ਕੀ ਸੀ? ਰੋਕੜ ਵਹੀ। ਰੋਕੜ ਵਹੀ ਕੀ ਹੁੰਦੀ ਸੀ ਜੀ? ਸ਼ਾਹੂਕਾਰਾਂ ਕੋਲੇ ਹੁੰਦੀ। ਅੱਜ ਕੱਲ ਇਸ ਨੂੰ ਕੀ ਹੈ? ਕੈਸ਼ ਬੁੱਕ ਵਰਤਿਆ ਜਾਂਦਾ ਹੈ। ਜਿਹੜੀ ਰੋਕੜ ਵਹੀ ਸੀ ਸ਼ਾਹੂ ਕਰਕੇ ਸੀ, ਕਰਜ਼ਾ ਦਿੰਦੇ ਸਨ, ਬੈਂਕ ਵੀ ਹਨ, ਪੈਸੇ ਦਿੰਦੇ ਹਨ, ਇਹ ਵੀ ਪੈਸੇ ਨਾਲ ਸੰਬੰਧਿਤ ਹੁੰਦੇ ਸੀ। ਤਾਂ ਰੋਕੜ ਵਹੀ ਕੈਸ਼ ਬੁੱਕ ਦੇ ਦਫਤਰੀ ਭਾਸ਼ਾ ਦੇ ਸ਼ਬਦ ਹਨ। ਜਿਨ੍ਹਾਂ ਨੇ ਰੋਕੜ ਵਹੀ ਦਿੱਤਾ ਜੀ, ਬਿਲਕੁਲ ਸਹੀ। ਪ੍ਰਸ਼ਨ ਨੰਬਰ 11, ਫੁਲਕਾਰੀ ਲਈ ਵਰਤੇ ਜਾਂਦੇ ਮੁਲਾਇਮ ਖੱਦਰ ਨੂੰ ਕੀ ਕਿਹਾ ਜਾਂਦਾ ਹੈ? ਮਲਮਲ ਕੱਪੜਾ, ਹਲਵਾਨ, ਮਖਮਲੀ ਕੱਪੜਾ। ਹਾਂਜੀ ਸਰਬਜੀਤ ਜੀ, ਮੈਂ ਕੋਸ਼ਿਸ਼ ਕੀਤੀ ਹੈ ਅੱਜ ਆਪਣੇ ਨਾ 20 ਦੇ ਵਿੱਚੋਂ ਸ਼ਾਇਦ 10 ਪ੍ਰਸ਼ਨ ਥੋੜੇ ਵੱਖਰੇ ਜਿਹੇ ਨੇ, ਨਵੇਂ ਤਰੀਕੇ ਦੇ ਨੇ, ਸ਼ਾਇਦ ਕਈ ਵਾਰੀ ਕਈਆਂ ਨੇ ਉਹ ਪਹਿਲੀ ਵਾਰ ਦੇਖੇ ਹੋਣ। ਫੁਲਕਾਰੀ ਲਈ ਵਰਤੇ ਜਾਂਦੇ ਮੁਲਾਇਮ ਖੱਦਰ ਨੂੰ ਕੀ ਕਹਿੰਦੇ ਹਨ ਜੀ? ਹਲਵਾਨ। ਮਖਮਲੀ ਕੱਪੜਾ ਨਹੀਂ ਕਿਹਾ ਜਾਂਦਾ। ਮਖਮਲੀ ਕੱਪੜੇ ਤੇ ਕਦੇ ਵੀ ਜਿਹੜੀ ਫੁਲਕਾਰੀ ਦੀ ਕਢਾਈ ਹੈ ਉਹ ਨਹੀਂ ਕੱਢੀ ਜਾਂਦੀ, ਕਿਉਂਕਿ ਮਖਮਲੀ ਜਿਹੜਾ ਹੁੰਦਾ ਬਹੁਤ ਸੌਫਟ ਹੁੰਦਾ ਹੈ, ਤੇ ਜਿਹੜਾ ਸੂਤੀ ਕੱਪੜਾ ਹੁੰਦਾ, ਸੂਤੀ ਕੱਪੜੇ ਤੇ ਫੁਲਕਾਰੀ ਕੀਤੀ ਜਾਂਦੀ। ਸੂਤੀ ਕੱਪੜਾ ਹੀ ਕੀ ਹੁੰਦਾ? ਸੂਤੀ ਖੱਦਰ ਜਿਹੜਾ ਹੁੰਦਾ ਉਸਨੂੰ ਕਿਹਾ ਜਾਂਦਾ ਹੈ, ਤਾਂ ਫੁਲਕਾਰੀ ਮੁਲਾਇਮ ਖੱਦਰ ਕੀ ਕਿਹਾ ਜਾਂਦਾ ਜੀ ਪੁਰਾਣੇ ਸਮੇਂ 'ਚ? ਹਲਵਾਨ। ਪ੍ਰਸ਼ਨ ਨੰਬਰ 12, ਉਪਮੇ ਅਤੇ ਉਪਮਾਨ ਦੀ ਅਭੇਦਤਾ ਕਿਸ ਅਲੰਕਾਰ ਵਿੱਚ ਹੁੰਦੀ ਹੈ? ਹੁਣ ਅਸੀਂ ਗੱਲ ਕਰ ਰਹੇ ਹਾਂ ਜੀ ਅਲੰਕਾਰ, ਉਪਮੇ ਤੇ ਉਪਮਾਨ ਕਵਿਤਾ ਦੇ ਵਿੱਚ ਆਉਂਦੇ ਹੈ। ਠੀਕ ਹੈ, ਪੀਐਸ ਟੈਟ ਦੇ ਵਿੱਚ ਸਾਨੂੰ ਕੀ ਇੱਕ ਕਵਿਤਾ ਦਾ ਪਹਿਰਾ ਆਉਂਦਾ ਤੇ ਉਸ ਦੇ ਵਿੱਚੋਂ ਇਹ ਪ੍ਰਸ਼ਨ ਇਹੋ ਜਿਹੇ ਪੁੱਛੇ ਜਾਂਦੇ ਨੇ। ਤਾਂ ਕਿਸ ਦੇ ਵਿੱਚ ਹੁੰਦੀ ਹੈ? ਰੂਪਕ ਵਿੱਚ, ਅਤਕਥਨੀ, ਅਨੁਪ੍ਰਾਸ, ਅਭੇਦ ਰੂਪਕ। ਇਹ ਹਾਂਜੀ ਬੱਚੇ ਜਿਨ੍ਹਾਂ ਦਾ ਡੀ ਵੀ ਦੇ ਰਹੇ ਆ, ਜਿਨ੍ਹਾਂ ਦਾ ਏ ਹੈ, ਰੂਪ ਉਪਮੇ ਤੇ ਉਪਮਾਨ ਦੀ ਅਭੇਦਤਾ ਕਿਸ ਅਲੰਕਾਰ ਆਕਾਰ ਵਿੱਚ ਹੁੰਦੀ ਹੈ ਜੀ? ਰੂਪਕ ਅਲੰਕਾਰ ਵਿੱਚ। ਉਪਮੇ ਜਿਹੜਾ ਹੈ, ਉਪਮਾਨ ਇੱਕ ਦੂਸਰੇ ਦਾ ਕੀ ਹੈ? ਰੂਪ ਹੋ ਜਾਂਦੇ ਹਨ, ਤਾਂ ਉਹ ਹੁੰਦਾ ਸਾਡਾ ਰੂਪਕ ਅਲੰਕਾਰ। ਪ੍ਰਸ਼ਨ ਨੰਬਰ 13, ਹੁੱਲੇ ਹੁਲਾਰੇ ਲੋਕ ਨਾਚ ਦਾ ਪ੍ਰਾਚੀਨ ਗ੍ਰੰਥਾਂ ਵਿੱਚ ਕੀ ਨਾਮ ਸੀ? ਹੁਣ ਹੁੱਲੇ ਹੁਲਾਰੇ ਇੱਕ ਤਾਂ ਯਾਦ ਰੱਖੋ ਕੀ ਹੈ? ਸਾਡਾ ਲੋਕ ਨਾਚ ਹੈ। ਠੀਕ ਹੈ, ਥੈਂਕ ਯੂ ਸੁੱਖ ਸੁੱਖ ਜੀ। ਨਾਚੀ, ਹੁੱਲੇ ਹੁਲਾਰੇ, ਹਲੀਸਨ। ਤਾਂ ਹੁੱਲੇ ਹੁਲਾਰੇ ਨਾਚ ਨੂੰ ਪੁਰਾਣੇ ਸਮੇਂ ਦੇ ਵਿੱਚ, ਪੁਰਾਣੇ ਗ੍ਰੰਥਾਂ ਦੇ ਵਿੱਚ ਕੀ ਨਾਮ ਦਿੱਤਾ ਗਿਆ ਹੈ? ਤਾਂ ਇਸ ਨਾਚ ਦਾ ਨਾਮ ਹੈ ਜੀ ਡੀ, ਬਿਲਕੁਲ ਸਹੀ।
ਸੁਖਕੌਰ ਹਲੀਸਨ ਖੁੱਲੇ ਹੁਲਾਰੇ ਨੂੰ ਇਹ ਲੋਕ ਨਾਚ ਕੀ ਹੈ ਹੁਣ ਲੁਪਤ ਹੋਣ ਦੇ ਨਾਰੇ ਹੈ। ਲੁਪਤ ਹੋਣ ਵਾਲੇ ਲੋਕ ਨਾਚਾਂ ਦੇ ਵਿੱਚ ਇਹ ਆਉਂਦਾ ਹੈ। ਗੁੱਡ ਮਾਰਨਿੰਗ ਰਮਨ ਜੀ, ਤੁਸੀਂ ਲੇਟ ਹੋ ਗਏ ਅੱਜ ਬਹੁਤ। ਗੱਬੇ ਕਿਸ ਉਪਭਾਸ਼ਾ ਦਾ ਸ਼ਬਦ ਹੈ? ਮਾਝੀ, ਦੁਆਬੀ, ਮਲਵਈ, ਮੁਲਤਾਨੀ। ਗੱਬੇ ਗੱਬੇ ਕਿਸ ਭਾਸ਼ਾ ਦਾ ਸ਼ਬਦ ਹੈ ਬੱਚੇ? ਮਾਝੀ ਦਾ ਉੱਤਰ ਆ ਰਿਹਾ ਹੈ ਤਾਂ ਮੈਂ ਦੱਸ ਦਿੰਦੀ ਹਾਂ। ਹਾਏ ਮੈਮ ਜੀ, ਮੈਨੂੰ ਸਾਰੇ ਗਲਤ ਹੋ ਗਏ। ਟੀਨਾ ਜੀ, ਕੋਈ ਗੱਲ ਨਹੀਂ, ਕਲਾਸਾਂ ਲਾਉਂਦੇ ਰਹੋ, ਪੜ੍ਹਦੇ ਰਹੋ। ਮੈਂ ਹੌਲੀ ਹੌਲੀ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਹਰ ਤਰ੍ਹਾਂ ਦਾ ਪ੍ਰਸ਼ਨ ਕਰਵਾਇਆ ਜਾਵੇ। ਦੂਸਰਾ ਸੀ ਨਾ, ਜੋ ਸ਼ੁਰੂ ਦੇ ਵਿੱਚ ਮੈਂ ਇੱਕ ਨੰਬਰ ਦਿੰਦੀ ਹਾਂ, ਫ੍ਰੀ ਵਟਸਐਪ ਗਰੁੱਪ ਜਿਹੜਾ ਹੈ ਉਹਨੂੰ ਜੁਆਇਨ ਕਰ ਲਓ। ਉਹਦੇ ਵਿੱਚ ਇਹਨਾਂ ਨੂੰ ਨਾ ਇਹਨਾਂ ਦੀ PDF ਵੀ ਭੇਜੀ ਜਾਏਗੀ। ਜਾਂ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਨਾਲ ਦੀ ਨਾਲ ਕਾਪੀ ਤੇ ਤੁਸੀਂ ਨੋਟ ਡਾਊਨ ਕਰਤਾ। ਇਹ ਕੀ ਹੈ ਬੱਚੇ? ਦੁਆਬੀ ਦਾ ਸ਼ਬਦ ਹੈ, ਦੁਆਬੀ ਭਾਸ਼ਾ ਦੇ ਵਿੱਚ। ਦੁਆਬੀ ਕਿੱਥੇ ਬੋਲੀ ਜਾਂਦੀ ਹੈ? ਜਲੰਧਰ, ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਇਹ ਦੁਆਬੀ ਭਾਸ਼ਾ ਬੋਲੀ ਜਾਂਦੀ ਹੈ। ਤੇ ਗੱਬੇ, ਗੱਬੇ ਦਾ ਆਪਣਾ ਅਰਥ ਕੀ ਹੁੰਦਾ? ਦਰਮਿਆਨ। ਠੀਕ ਹੈ, ਦਰਮਿਆਨ ਦੋ ਲੋਕਾਂ ਦਰਮਿਆਨ ਕਿਹੜੀ ਸਾਂਝ ਹੈ, ਮਤਲਬ ਦਰਮਿਆਨ ਇਹਦਾ ਸਾਡਾ ਅਸਲੀ ਅਰਥ ਹੈ। ਪ੍ਰਸ਼ਨ ਨੰਬਰ 15, ਮਿਸਲ ਸ਼ਬਦ ਦਾ ਸੰਬੰਧ ਹੈ ਕਹਾਣੀ ਨਾਲ, ਵੰਸ਼ ਨਾਲ, ਕਥਾ ਨਾਲ ਜਾਂ ਫਾਈਲ ਨਾਲ? ਨੰਬਰ ਬੇਟਾ ਤੁਸੀਂ ਕਲਾਸ ਸਟਾਰਟਿੰਗ ਤੋਂ ਦੇਖੋਗੇ ਨਾ ਜਦੋਂ, ਤਾਂ ਮੈਂ ਇੱਕ ਵਟਸਐਪ ਨੰਬਰ, ਫ੍ਰੀ ਗਰੁੱਪ ਨੰਬਰ ਦਿੰਦੀ ਹਾਂ ਕਿ ਆਉਂਦਾ ਰਹਿੰਦਾ ਹੈ ਉਦੋਂ। ਹੁਣ ਵੀ ਨੀਚੇ ਸਕਰੀਨ ਤੇ ਆ ਰਿਹਾ ਹੋਏਗਾ ਨੰਬਰ, ਤਾਂ ਉੱਥੇ ਤੁਸੀਂ ਕੀ ਹੈ ਉਸ ਵਟਸਐਪ ਗਰੁੱਪ ਦਾ ਹਿੱਸਾ ਬਣੋ। ਮਿਸਲ ਸ਼ਬਦ ਦਾ ਸੰਬੰਧ ਹੈ ਵੰਸ਼ ਨਾਲ। ਨਹੀਂ ਜੀ, ਮਿਸਲ ਕੀ ਹੁੰਦੀ ਹੈ? ਫਾਈਲ। ਮਿਸਲ ਫਾਈਲ ਨੂੰ ਕਿਹਾ ਜਾਂਦਾ ਹੈ। ਮਿਸਲ ਕੀ ਹੈ? ਫਾਰਸੀ ਸ਼ਬਦ ਹੈ। ਤੁਸੀਂ ਵੰਸ਼, ਵੰਸ਼ ਲੈ ਕੇ ਗਏ ਹੋ ਜਿਹੜੀਆਂ ਮਿਸਲਾਂ ਹੁੰਦੀਆਂ, ਠੀਕ ਹੈ, ਜਿਵੇਂ ਸ਼ੁਕਰ ਚੱਕੀਆ ਮਿਸਲ। ਠੀਕ ਹੈ, ਤੁਸੀਂ ਵੰਸ਼ ਨੂੰ ਉਸ ਉਹ ਹੁੰਦੀਆਂ ਜੀ ਮਿਸਲਾਂ, ਠੀਕ ਹੈ, ਉਹ ਮਿਸਲਾਂ ਸ਼ਬਦ ਹੁੰਦਾ ਹੈ। ਇਹ ਕੀ ਹੈ? ਮਿਸਲ ਫਾਈਲ। ਇਹਦੇ ਸ਼ਾਬਦਿਕ ਅਰਥ, ਸ਼ਬਦ ਦੇ ਦਾ ਸੰਬੰਧ ਹੈ, ਸ਼ਾਬਦਿਕ ਅਰਥਾਂ ਦੇ ਆਧਾਰ ਤੇ ਕਿਹਾ ਗਿਆ ਹੈ। ਪ੍ਰਸ਼ਨ ਨੰਬਰ 16, ਛੰਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ? 4, 6, 3, 5। ਸਰਬਜੀਤ ਜੀ 26 ਕਹਿ ਰਹੇ ਹੋ, ਛੰਦ ਹੁੰਦੇ ਆ ਜੀ 4 ਤਰ੍ਹਾਂ ਦੇ, 6, 3 ਤੇ 5 ਤਰ੍ਹਾਂ ਦੇ। ਛੰਦ ਕਿੰਨੀ ਤਰ੍ਹਾਂ ਦੇ ਨੇ ਜੀ, ਦੱਸੋ ਜਲਦੀ। ਸਾਡੇ ਨੇ 3 ਤਰ੍ਹਾਂ ਦੇ ਛੰਦ ਹਨ। ਛੰਦ ਕੀ ਹੈ? ਇਹ ਵੀ ਕੀ ਨੇ? ਕਵਿਤਾ ਦਾ, ਕਵਿਤਾ ਦੀ ਬਣਤਰ ਦੇ ਵਿੱਚ ਇਹਨਾਂ ਨੂੰ ਵਰਤਿਆ ਜਾਂਦਾ ਹੈ। ਤੇ ਛੰਦ ਮੁਕਤ ਕਵਿਤਾ, ਛੰਦ ਮੁਕਤ ਕਵਿਤਾ ਕਿਸਨੇ ਸ਼ੁਰੂ ਕੀਤੀ ਸੀ ਜੀ? ਪ੍ਰੋਫੈਸਰ ਪੂਰਨ ਸਿੰਘ। ਇਹਨਾਂ ਨੇ ਜਿਹੜੀ ਖੁੱਲੀ ਕਵਿਤਾ ਜਿਹੜੀ ਹੈ ਉਸਦੀ ਕਿਰਤ ਪਾਈ ਸੀ ਪ੍ਰੋਫੈਸਰ ਪੂਰਨ ਸਿੰਘ ਨੇ। ਕੱਲ੍ਹ ਨੂੰ ਬੱਚੇ ਮੈਂ ਤੁਹਾਡੇ ਨਾ ਕੱਲ੍ਹ ਦੀ ਕਲਾਸ ਵਿੱਚ ਮੈਂ ਕੋਸ਼ਿਸ਼ ਕਰੂੰਗੀ ਛੰਦ, ਅਲੰਕਾਰ ਤੇ ਰਸ
ਇਹਨਾਂ ਦੀ ਪਰਿਭਾਸ਼ਾ, ਇਹਨਾਂ ਦੀਆਂ ਕਿਸਮਾਂ ਤੇ ਇਹਨਾਂ ਦੀ ਵਰਤੋਂ ਤੇ ਉੱਪਰ ਪ੍ਰਸ਼ਨ ਬਣਾ ਕੇ ਲਿਆਊਂਗੀ। ਠੀਕ ਹੈ, ਤੁਸੀਂ ਵੀ ਪੜ੍ਹ ਕੇ ਆਉਣਾ ਤੇ ਉਹਨੇ ਪ੍ਰਸ਼ਨਾਂ ਦੇ ਉੱਤਰ ਦੇਣਾ। ਮੈਂ ਟੌਪਿਕ ਦੇਤਾ ਅੱਜ ਤੁਹਾਨੂੰ, ਠੀਕ ਹੈ। ਵੱਧ ਤੋਂ ਵੱਧ ਕੁਐਸਚਨ ਜਿਹੜੇ ਕੱਲ ਹੋਣਗੇ ਇਸ ਟੌਪਿਕ ਤੇ ਲੈ ਕੇ ਆਵਾਂਗੇ। ਪ੍ਰਸ਼ਨ ਨੰਬਰ 17, ਕ੍ਰੋਧ ਵਿੱਚ ਮਨੁੱਖ ਦਾ ਵਿਵੇਕ ਡੈਸ਼ ਹੋ ਜਾਂਦਾ ਹੈ, ਸੁੰਨ ਹੋ ਜਾਂਦਾ ਹੈ, ਅਸ਼ਾਂਤ ਹੋ ਜਾਂਦਾ ਹੈ, ਉਪਰੋਕਤ ਸਾਰੇ ਗਲਤ। ਹਾਂਜੀ, ਕ੍ਰੋਧ ਵਿੱਚ ਮਨੁੱਖ ਦਾ ਵਿਵੇਕ ਡੈਸ਼ ਹੋ ਜਾਂਦਾ ਹੈ। ਓਕੇ ਅਮਨ ਜੀ, ਮੈਂ ਆਪਣੇ ਵੱਲੋਂ ਫੁੱਲ ਕੋਸ਼ਿਸ਼ ਕਰੂੰਗੀ ਕਿ ਨਾਲ ਦੀ ਨਾਲ ਤੁਹਾਨੂੰ ਕੀ ਸਮਝਾ ਦਿਆ ਕਰਾਂ। ਤਾਂ ਕ੍ਰੋਧ ਵਿੱਚ ਕੀ ਹੈ, ਮਨੁੱਖ ਦਾ ਵਿਵੇਕ ਸੁੰਨ ਹੋ ਜਾਂਦਾ ਹੈ। ਹੁਣ ਦੇਖੋ, ਅਸ਼ਾਂਤ ਹੋ ਜਾਣਾ, ਖੋ ਕੀ ਹੈ, ਹਿੰਦੀ ਦਾ ਸ਼ਬਦ ਹੈ, ਤਾਂ ਇਹ ਤਾਂ ਆਏਗਾ ਹੀ ਨਹੀਂ। ਜਿਹੜਾ ਵਿਵੇਕ ਹੈ, ਸ਼ਾਂਤ ਜਾਂ ਅਸ਼ਾਂਤ ਨਹੀਂ ਹੁੰਦਾ, ਤਾਂ ਇਹਦਾ ਕੀ ਆਏਗਾ, ਸੁੰਨ ਹੋ ਜਾਂਦਾ ਹੈ। ਸੁੰਨ ਹੋ ਜਾਂਦਾ ਕਿ ਕੰਮ ਕਰਨਾ ਬੰਦ ਕਰ ਜਾਂਦਾ। ਅਸ਼ਾਂਤ ਤਾਂ ਕੀ ਹੁੰਦਾ, ਅਸ਼ਾਂਤ ਹੁੰਦਾ ਗੁੱਸਾ। ਠੀਕ ਹੈ, ਜਦੋਂ ਜਿਹੜਾ ਗੁੱਸਾ ਹੈ ਸਾਡੇ ਮਨ ਦੀ ਸ਼ਾਂਤੀ ਨੂੰ ਖਤਮ ਕਰ ਦਿੰਦਾ, ਸਾਡੇ ਮਨ ਨੂੰ ਅਸ਼ਾਂਤ ਕਰ ਦਿੰਦਾ ਹੈ। ਤਾਂ ਜਿਹੜਾ ਵਿਵੇਕ ਹੈ, ਵਿਵੇਕ ਹੁੰਦਾ ਕਾਬੂ ਪਾਉਣਾ, ਤਾਂ ਉਹ ਸਾਡਾ ਵਿਵੇਕ ਹੈ ਜਿਹੜਾ ਬਿਲਕੁਲ ਸੁੰਨ ਹੋ ਜਾਂਦਾ ਹੈ। ਪ੍ਰਸ਼ਨ ਨੰਬਰ 18, ਕਰੁਣਾ ਰਸ ਦਾ ਸਥਾਈ ਭਾਵ ਕੀ ਹੈ, ਵੈਰਾਗ, ਨਫ਼ਰਤ, ਸ਼ੋਕ, ਪਿਆਰ। ਕਰੁਣਾ ਰਸ ਦਾ ਸਥਾਈ ਭਾਵ, ਕਿਉਂਕਿ ਜਿਹੜੇ ਰਸ ਹੁੰਦੇ ਨੇ ਨਾ, ਸਾਰੇ ਦੇ ਸਾਰੇ ਰਸਾਂ ਦਾ ਇੱਕ ਸਥਾਈ ਭਾਵ, ਇਹ ਵੀ ਕਵਿਤਾ ਦੇ ਵਿੱਚ ਵਰਤੇ ਜਾਂਦੇ ਹਨ। ਇਹ ਤਾਂ ਇਹਦਾ ਸਥਾਈ ਭਾਵ ਕੀ ਹੈ, ਕਰੁਣਾ। ਤਾਂ ਇਹਦਾ ਸਹੀ ਉੱਤਰ ਹੈ ਜੀ ਸ਼ੋਕ। ਠੀਕ ਹੈ, ਸ਼ੋਕ ਕੀ ਹੁੰਦਾ, ਦੁੱਖ ਹੋਣਾ। ਹੁਣ ਇੱਥੇ ਹਿੰਦੀ ਦਾ ਸ਼ਬਦ ਹੀ ਹੈ ਨਾ ਸ਼ੋਕ, ਪਰ ਜਦੋਂ ਅਸੀਂ ਵਾਕਾਂ ਦੇ ਵਿੱਚ ਵਰਤਦੇ ਹਾਂ ਤਾਂ ਉਸ ਚੀਜ਼ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ। ਜਿਹੜੇ ਰਸ ਨੇ ਨਾ, ਜਿਹੜੀ ਕਵਿਤਾ ਹੈ ਬੱਚੇ, ਸਾਡੀ ਭਾਸ਼ਾ ਕਿੱਥੋਂ ਆਈ ਹੈ, ਸੰਸਕ੍ਰਿਤ ਤੋਂ, ਠੀਕ ਹੈ, ਵੈਦਿਕ ਸੰਸਕ੍ਰਿਤ ਤੋਂ। ਤਾਂ ਉਹ ਹਿੰਦੀ ਦੇ ਸ਼ਬਦ, ਜਿਹੜੀ ਕਵਿਤਾ ਸੀ, ਕਵਿਤਾ ਵੀ ਸੰਸਕ੍ਰਿਤ ਤੋਂ ਆਈ ਹੈ। ਤਾਂ ਜਿਹੜੇ ਰਸ ਨੇ, ਰਸ ਵੀ ਜਿਹੜੀ ਹਿੰਦੀ ਅਤੇ ਸੰਸਕ੍ਰਿਤ ਦੀ ਕਵਿਤਾ ਤੋਂ ਵੀ ਪੰਜਾਬੀ ਦੇ ਵਿੱਚ ਆਏ ਹੋਏ ਨੇ, ਤਾਂ ਉਹਨਾਂ ਦੇ ਜਿਹੜੇ ਭਾਵ ਨੇ ਉਹਨਾਂ ਨੂੰ ਉੱਥੇ ਅਰਥਾਂ ਵਿੱਚ ਲੈਂਦੇ ਹਨ। ਸ਼ੋਕ, ਸ਼ੋਕ ਕੀ ਹੁੰਦਾ, ਦੁੱਖ। ਜਿਹੜੀ ਜਿਹੜਾ ਵੀਰ ਰਸ ਹੈ, ਜਿਵੇਂ ਵੀਰ ਰਸ ਦੇ ਵਿੱਚ ਕੀ ਹੁੰਦਾ ਹੈ, ਰਸ ਦੇ ਵਿੱਚ ਹੁੰਦਾ ਜੋਸ਼। ਜਿਹੜੀ ਕਵਿਤਾ ਨੂੰ ਸਾਨੂੰ ਪੜ੍ਹ ਕੇ ਜੋਸ਼ ਆ ਜਾਂਦਾ ਹੈ, ਤਾਂ ਉਹਦੇ ਵਿੱਚ ਕੀ ਹੈ। ਹਾਂਜੀ, ਵੈਰਾਗ ਦਾ ਬਿਲਕੁਲ ਸਹੀ ਜੀ, ਸਹੀ ਦੇ ਰਹੇ ਹੋ। ਵੀਰ ਰਸ ਕੀ ਹੁੰਦਾ, ਜੋਸ਼। ਜਿਵੇਂ ਹਾਸ ਰਸ, ਸੌਖਾ ਸਮਝ ਆਏਗਾ, ਹਾਸ ਰਸ, ਜਿਹੜੀ ਕਵਿਤਾ ਨੂੰ ਪੜ੍ਹ ਕੇ ਸਾਨੂੰ ਹਾਸਾ ਆਉਂਦਾ, ਉਹਦਾ ਸਥਾਈ ਭਾਵ ਕੀ ਹੋ ਗਿਆ, ਹਾਸਾ। ਵੀਰ ਰਸ ਉਹਦੇ 'ਚ ਹੋਊਗਾ ਜਿਹਦੇ 'ਚ ਪੜ੍ਹ ਕੇ ਸਾਨੂੰ ਜੋਸ਼ ਆ ਜਾਂਦਾ, ਕਿ ਸਾਡੇ ਅੰਦਰ ਵੀ ਜੋਸ਼ ਭਰ ਜਾਂਦਾ ਹੈ। ਜਿਵੇਂ ਦੇਸ਼ ਭਗਤੀ ਦੀਆਂ ਕਵਿਤਾਵਾਂ ਹੋਣ, ਦੇਸ਼ ਭਗਤੀ, ਤਾਂ ਸਾਡੇ ਅੰਦਰ ਵੀ ਕੀ ਹੈ, ਦੇਸ਼ ਭਗਤੀ ਜਾਗ ਜਾਂਦੀ ਹੈ, ਕੁਰਬਾਨੀ ਦੇਣ ਦਾ ਜਜ਼ਬਾ ਜਾਗਦਾ ਹੈ, ਤਾਂ ਉਹਦੇ 'ਚ ਹੁੰਦਾ ਜੋਸ਼, ਉਹ ਉਸਦੇ ਹੁੰਦੇ ਹਨ ਸਥਾਈ ਭਾਵ। ਪ੍ਰਸ਼ਨ ਨੰਬਰ 19, ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ, ਲਾਹੌਰ, ਦਿੱਲੀ, ਅੰਮ੍ਰਿਤਸਰ, ਕਰਤਾਰਪੁਰ। ਪ੍ਰਸ਼ਨ ਨੰਬਰ 19, ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ, ਹਾਂਜੀ, ਲਗਭਗ ਲਗਭਗ
ਸਭ ਦਾ ਸਹੀ ਉੱਤਰ ਆ ਰਿਹਾ ਲਾਹੌਰ ਦੇ ਵਿੱਚ ਦਿੱਤਾ ਗਿਆ ਸੀ। ਗੁਰੂ ਅਰਜਨ ਦੇਵ ਜੀ ਸਾਡੇ ਪੰਜਵੇਂ ਗੁਰੂ ਸਨ ਤੇ ਸ਼ਹੀਦ ਹੋਣ ਵਾਲੇ ਕਿਹੜੇ ਗੁਰੂ ਸਨ? ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਸਨ। ਸਿੱਖ ਧਰਮ ਦੇ ਵਿੱਚ ਜਿਹੜੇ ਗੁਰੂ ਸ਼ਹੀਦ ਹੋਏ ਸਨ ਉਹ ਪਹਿਲੇ ਗੁਰੂ ਕਿਹੜੇ ਸਨ? ਗੁਰੂਆਂ ਦੇ ਨੰਬਰ ਤੇ ਸਾਡੀ ਕਾਊਂਟਿੰਗ ਪੰਜਵੇਂ ਹੈ ਤੇ ਸ਼ਹੀਦ ਹੋਣ ਵਾਲੇ ਸਾਡੇ ਕਿਹੜੇ ਸਨ? ਪਹਿਲੇ ਸਨ। ਇਹਨਾਂ ਦੀ ਸ਼ਾਹਕਾਰ ਰਚਨਾ ਹੈ ਜੀ ਸੁਖਮਨੀ ਸਾਹਿਬ। ਇਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਵੀ ਕਿਹਾ ਜਾਂਦਾ ਹੈ। ਸ਼ਹੀਦਾਂ ਦਾ ਸਰਤਾਜ ਕਿਸ ਨੂੰ ਕਿਹਾ ਜਾਂਦਾ ਹੈ ਜੀ? ਗੁਰੂ ਅਰਜਨ ਦੇਵ ਜੀ ਨੂੰ। ਹੋਰ ਇਹਨਾਂ ਨੂੰ ਕਿਹਾ ਜਾਂਦਾ ਹੈ ਸ਼ਾਂਤੀ ਦਾ ਪੁੰਜ, ਸ਼ਾਂਤੀ ਦਾ ਪੁੰਜ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਸ਼ਹੀਦ ਕਿਸਨੇ ਕਰਵਾਇਆ ਸੀ? ਕਿਹੜੇ ਮੁਗਲ ਰਾਜੇ ਨੇ ਕਰਵਾਇਆ ਸੀ ਜੀ? ਜਹਾਂਗੀਰ। ਠੀਕ ਹੈ, ਤੇ ਕਦੋਂ ਕਰਵਾਇਆ ਸੀ? 1606 ਦੇ ਵਿੱਚ ਲਾਹੌਰ ਦੇ ਵਿੱਚ ਇਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪ੍ਰਸ਼ਨ ਨੰਬਰ, ਕਵਿਤਾ ਕਿਹੋ ਜਿਹੀ ਕਲਾ ਹੈ? ਰਸਦਾਇਕ ਕਲਾ, ਕੋਮਲ ਕਲਾ, ਆਨੰਦਦਾਇਕ ਕਲਾ, ਪੜ੍ਹਨ ਕਲਾ। ਇਹ ਵੀ ਕੀ ਹੈ? ਪ੍ਰੀਵੀਅਸ ਈਅਰ ਕੁਸ਼ਚਨ ਹੈ, ਪੀਐਸ ਟੈਟ ਦੇ ਵਿੱਚ ਹੀ ਆਇਆ ਹੋਇਆ ਹੈ ਪੁਰਾਣਾ। ਕਵਿਤਾ ਕਿਹੋ ਜਿਹੀ ਕਲਾ ਹੈ? ਰਸਦਾਇਕ, ਆਨੰਦਦਾਇਕ, ਲਗਭਗ। ਰਮਨ ਜੀ ਕਲਾਸ ਆਫ ਨਹੀਂ ਕੀਤੀ ਮੈਂ ਹਾਲੇ। ਕੋਮਲ ਕਲਾ ਹੈ ਬੱਚੇ, ਜਿਹੜੀ ਕਵਿਤਾ ਹੈ ਇੱਕ ਕਿਹੜੀ ਕਲਾ ਕਿਹਾ ਜਾਂਦਾ ਹੈ? ਕੋਮਲ ਕਲਾ। ਇਹ ਕਵਿਤਾ ਦੀ ਪਰਿਭਾਸ਼ਾ ਦੇ ਵਿੱਚ ਆ ਜਾਂਦਾ ਹੈ। ਜਿਵੇਂ ਇੱਕ ਪਰਿਭਾਸ਼ਾ ਕੀ ਹੈ? ਕਵਿਤਾ ਪਿਆਰ ਵਿੱਚ ਹੋਏ ਹੋਏ ਬੰਦਿਆਂ ਦੇ ਵਚਨ ਹਨ ਜਾਂ ਉਹਨਾਂ ਦੇ ਭਾਵ ਹਨ। ਤਾਂ ਚਲੋ ਜੀ, ਠੀਕ ਹੈ, ਇਹ ਸੀ ਆਪਣੀ ਅੱਜ ਦੀ ਕਲਾਸ ਤੇ ਆਪਣਾ ਆਖਰੀ ਪ੍ਰਸ਼ਨ। ਜੇ ਕਲਾਸ ਵਧੀਆ ਲੱਗਦੀ ਹੈ ਤਾਂ ਬੱਚੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਲਾਸ ਨੂੰ ਸ਼ੇਅਰ ਕਰਕੇ ਕਰ ਭਲਾ ਹੋ ਭਲਾ ਤੇ ਤੱਥ ਨੂੰ ਚਾਰਿਆ ਕਰੋ। ਕਹਿ ਮਿਲਦੇ ਹਾਂ ਕੱਲ੍ਹ 10 ਵਜੇ।